ਸਿਆਣਾ ਬੱਚਾ ਮੇਰੇ ਨਾਲ ਰਿਹਾ ਠੀਕ ਹੈ ਜੀ ਥੈਂਕ ਯੂ ਨਾ ਜੀ मसला नहीं गा ये हर हिंदू मुसलमान सिख ईसाई सारे वीरां दी जीता सारियां भैणां दी जीता है ਤੁਸੀਂ ਵੀ ਕੇ ਨਾਲ ਦੇ ਅਸ਼ਿੰਗਾਚ ਕਰਦੇ ਰਹੇ ਜੀ ਇੱਥੇ ਕਿ ਉੱਥੇ ਦਿੱਲੀ ਜਾ ਕੇ ਵੀ ਕਰਦੇ ਰਹੇ ਆ ਦਿੱਲੀ ਮੈਂ ਜਦੋਂ ਪਹਿਲੀ ਵਾਰ ਮੋਰਚਾ ਲਾਉਣ ਗਏ ਆ ਉਦੋਂ ਨਾਲ ਹੀ ਅਸੀਂ ਪਹਿਲਾ ਪਿੰਡੋ ਗਏ ਸੀ 36 ਜਾਣੇ ਸੀ ਪਿੰਡੋ ਉਹਨਾਂ ਛੱਤੀਆਂ ਦੇ ਵਿੱਚ ਮੈਂ ਵੀ ਗਿਆ ਵਾ ਸੀਗਾ ਉੱਥੇ ਠੀਕ ਹੈ ਜੀ ਤੇ 1 ਮਹੀਨੇ ਬਾਅਦ ਥੋੜਾ ਢਿੱਲੇ ਹੋ ਗਏ ਫਿਰ ਸਾਨੂੰ ਮੁੜਨਾ ਪਿਆ ਹਾਂ ਉਸ ਤੋਂ ਬਾਅਦ ਜਦੋਂ ਲੋੜ ਆ ਉਦੋਂ ਜਾਂਦੇ ਆ ਇਹ ਵੱਡੀ ਕਾਲ ਆਉਂਦੀ ਆ ਤਾਂ ਸਾਰੇ 26 ਜਨਵਰੀ ਨੂੰ ਵੀ ਅਸੀਂ ਉੱਥੇ ਸੀਗੇ ਹਾਂਜੀ ਇਹ ਜੇਤਾ ਗਰਾਹਾਂ ਜਥੇਬੰਦੀ ਦੇ ਹਰ ਵਰਕਰ ਦੀ ਜੇਤਾ हर भैन भरा दी जेता हर बच्चे जो भी जिन्हें योगदान पाया चाहे किसी ने माया ना पाया चाहे किसी होर तरीके ना कोई किसी अपना खंड ना राशन कोई होर किसी भी तरह का योगदान पाया वो हर बंदे दी जेता साड़ी आने वाली नस्लों की जेता ये साड़ी आने वाली फसलों की जेता ये साढ़े भविख की जेता इन्हों ही असी बच्चे बचाने जेता ना सानू जज्बा बढ़ गया हौसला बढ़ गया जो साड़ी जथेबंदी काल दऊ असी सारे भैन भरा उस काल से फुल चढ़ावे जिथे भी सानू सदा आउंदा ते सारे कठे होके उथे पहुंचांगे ठीक है थैंक यू सर ससे बीबी जी की नाम बीबी तुहाडा बीबी परमीत कौर ढिल्लों जी नाले तुसी किन्ने चिर तो उथे दिल्ली दे विच पहुंचे हुए हैं सर वैसे तो मैं शुरू जी गई सी उथे अच्छा जी संघर्ष करना पिया कि ਫਿਰ ਜਦੋਂ ਪੈਰ ਜਮਾਲੇ ਫਿਰ ਤਾਂ ਉਸ ਤੋਂ ਬਾਅਦ ਜਿਹੜੀਆਂ ਸਾਨੂੰ ਮੁਸ਼ਕਲਾਂ ਤਾਂ ਆਉਂਦੀਆਂ ਹੀ ਸੀ ਰੋਜ਼ ਦੀ ਰੋਜ਼ ਨਿਤ ਨਵੀਂ ਪਰ ਉਹ ਮੁਸ਼ਕਲਾਂ ਸਾਨੂੰ ਮੁਸ਼ਕਲਾਂ ਲੱਗਦੀਆਂ ਨਹੀਂ ਸੀਗੀਆਂ ਕਿਉਂਕਿ ਅਸੀਂ ਉਹਨਾਂ ਨੂੰ ਆਪਦੇ ਤਰੀਕੇ ਤੇ ਨਾਲ ਦੀ ਨਾਲ ਹੀ ਉਹਨਾਂ ਨੂੰ ਕਰ ਲੈਂਦੇ ਸੀਗੇ ਜੋ ਵੀ ਤਾਂ ਸਮੱਸਿਆ ਲੱਗਦੀ ਸੀ ਉਹਨੂੰ ਸੋਲਵ ਕਰ ਲੈਂਦੇ ਸੀ ਤੇ ਬਾਕੀ ਸਾਡਾ ਧਿਆਨ ਸਮੱਸਿਆ ਹੱਲ ਨਹੀਂ ਸੀ ਨਾ ਜਾਂਦਾ ਸਾਡਾ ਧਿਆਨ ਇਸ ਚੀਜ਼ ਵੱਲ ਜਾਂਦਾ ਸੀਗਾ ਵੀ ਅਸੀਂ ਕੀ ਮਕਸਦ ਲੈ ਕੇ ਆਏ ਹਾਂ ਤੇ ਉਸ ਮਕਸਦ ਨੂੰ ਹੱਲ ਕਰਨ ਵਾਸਤੇ ਅਸੀਂ ਆਪਦਾ ਕੀ ਇਹ ਰੱਖ ਕੇ ਚੱਲ ਰਹੇ ਹਾਂ ਕੀ ਉਹਦੇ ਵਾਸਤੇ ਅਸੀਂ ਮਤਲਬ ਆਪਦਾ ਸੰਘਰਸ਼ ਵਾਸਤੇ ਕੀ ਐਕਟੀਵਿਟੀ ਦੀ ਰੱਖਣੀ ਹੈ ਕੀ ਆਪਦਾ ਕਾਰੋਬਾਰ ਰੱਖਣਾ ਕਿਵੇਂ ਮਤਲਬ ਅਸੀਂ ਸੰਘਰਸ਼ ਬਾਰੇ ਸੋਚਦੇ ਸੀ ਮੁਸ਼ਕਲ ਬਾਰੇ ਨਹੀਂ ਸੋਚਦੇ ਤੁਸੀਂ ਉੱਥੇ ਬੈਠੇ ਨੇ ਇਹ ਸੋਚਿਆ ਹੋਊਗਾ ਵੀ ਕਦੇ ਵੀ ਇਹ ਕਾਨੂੰਨ ਆਪਣੇ ਰੱਦ ਹੋ ਜਾਣਗੇ ਤੇ ਉਦੋਂ ਬਾਅਦ ਆਪਾਂ ਫੇਰ ਵਾਪਸ ਮੌੜਨਾ ਵਾ ਸਰ
ਅਸੀਂ ਮਤਲਬ ਹੁਣ ਜੇ ਕੁੱਲ ਮਿਲਾ ਕੇ ਗਵਾਂ ਮੈਂ ਫੌਜ ਦੇ ਅੰਦਰ ਦੀ ਕੁੜੀਆਂ ਜਦੋਂ ਪੈਰ ਚੱਕਿਆ ਜਾਂਦਾ ਪਿੱਛੇ ਨਹੀਂ ਮੁੜਦਾ ਸੀ ਜੋ ਪੈਰ ਚੱਕਿਆ ਸੀ ਇਹ ਸੋਚ ਕੇ ਚੱਕਿਆ ਸੀ ਵੀ ਜਿੱਤ ਕੇ ਹੀ ਵਾਪਸ ਆਵਾਂਗੇ ਤੇ ਜਿੱਤ ਕੇ ਆਏ ਤੁਸੀਂ ਫਿਰ ਆਪਣੇ ਤਲੀ ਤੇ ਰੱਖ ਕੇ ਗਏ ਸੀ ਜਾਂ ਉਹ ਨਹੀਂ ਤਾਂ ਜਾਂ ਸੀ ਨਹੀਂ ਗਏ ਅੱਛਾ ਜੀ ਤੇ ਜਦੋਂ ਤੁਹਾਨੂੰ ਜਿੱਤ ਦੀ ਖੁਸ਼ੀ ਦਾ ਪਤਾ ਲੱਗਿਆ ਭੈਣ ਜੀ ਤੁਸੀਂ ਵਾਪਸ ਕਰਾਇਆ ਕਾਨੂੰਨ ਵਾਪਸ ਕਰਾ ਕੇ ਉਸ ਤੋਂ ਬਾਅਦ ਤੁਹਾਡੇ ਪਿੰਡ ਦੇ ਆਉਣ ਦੇ ਵਿੱਚ ਖੁਸ਼ੀ ਦੇ ਵਿੱਚ ਲੱਡੂ ਵੰਡੇ ਗਏ ਆ ਤੁਸੀਂ ਪਿੰਡ ਵਾਸੀਆਂ ਦਾ ਕਿੱਦਾਂ ਆਂਦੇ ਆ ਪਿੰਡ ਵਾਸੀਆਂ ਕਬੀਲਦਾਰੀ ਤੋਂ ਜਾਂ ਉਹਦੇ ਬੱਚਿਆਂ ਤੋਂ ਜਾਂ ਉਹਦੀ ਘਰ ਗ੍ਰਹਿਸਤੀ ਦੇ ਕੰਮਾਂ ਤੋਂ ਉਹ ਸਿਰਫ ਫ੍ਰੀ ਹੋਣ ਦੇ ਨਾਤੇ ਮੇਰੀ ਡਿਊਟੀ ਸੀ ਕਿ ਮੈਂ ਉੱਥੇ ਜਾਵਾਂ ਅਤੇ ਇਹਨਾਂ ਨੂੰ ਜਿੱਤ ਲਿਆ ਕੇ ਦੇਵਾਂ ਉਹ ਮੈਂ ਲਿਆ ਕੇ ਇਹਨਾਂ ਨੂੰ ਠੀਕ ਹੈ ਅੱਜ ਬੀਬੀ ਕਿੱਦਾਂ ਲੱਗ ਰਿਹਾ ਤੁਹਾਨੂੰ ਤੁਸੀਂ ਪਿੰਡ ਪਹੁੰਚੇ ਤੁਹਾਨੂੰ ਕਿੱਦਾਂ ਮਹਿਸੂਸ ਹੋ ਰਿਹਾ ਸਰ ਮੈਨੂੰ ਲੱਗ ਰਿਹਾ ਕਿ ਜ਼ਿੰਦਗੀ 'ਚ ਇੱਕ ਔਰਤ ਦਾ ਜੇ ਸਹੁਰਿਆਂ ਦੇ ਘਰ ਉਸਦੀ ਪੰਚਾਇਤ ਅਤੇ ਉਹਨੂੰ ਹਾਰ ਗੱਲ 'ਚ ਪੈ ਜਾਣਾ ਅਤੇ ਉਸਦਾ ਜੀਵਨ ਸਫਲ ਹੋ ਜਾਂਦਾ ਅਤੇ ਅੱਜ ਮੇਰਾ ਇੱਕ ਆ ਜੀਵਨ ਸਫਲ ਹੋ ਗਿਆ ਤੁਸੀਂ ਇੱਥੋਂ ਪਿੰਡ ਤੋਂ ਇਕੱਲੇ ਬੀਬੀ ਨਾਲ ਤੁਸੀਂ ਇਕੱਲੇ ਪਹੁੰਚੇ ਸੀ ਹੋਰ ਬੀਬੀਆਂ ਜਾਂਦੀਆਂ ਤੁਹਾਡੇ ਨਾਲ ਸਰ ਜਾਂਦੀਆਂ ਸੀ ਜਦੋਂ ਅਸੀਂ ਉੱਥੋਂ ਵੱਡੀ ਕਾਲ ਦਿੰਦੇ ਸੀ ਮਤਲਬ ਵੱਡਾ ਉੱਥੋਂ ਸੱਦਾ ਦਿੰਦੇ ਸੀ ਉਦੋਂ ਸਾਰੇ ਪਿੰਡ ਦੀਆਂ ਬੀਬੀਆਂ ਉੱਥੇ ਪਹੁੰਚਦੀਆਂ ਸੀ ਪਰ ਇਹ ਬੀਬੀਆਂ ਬੀਬੀਆਂ ਜਿਹੜੀਆਂ ਨਾ ਕਬੀਲਦਾਰੀ ਨਾਲ ਇੰਨੀਆਂ ਮਤਲਬ ਜੁੜੀਆਂ ਹੋਈਆਂ ਕਿ ਨਾ ਹੁਣ ਦੇਖੋ ਆਪਦੇ ਪਸ਼ੂ ਡੰਗਰ ਆ ਆਪਦੇ ਬੱਚੇ ਆ ਸਕੂਲ ਜਾਂਦੇ ਆ ਘਰ ਦੇ ਬਜ਼ੁਰਗ ਸਾਹਮਣੇ ਆ ਖੇਤੀਬਾੜੀ ਸਾਹਮਣੇ ਆ ਇਹਨਾਂ ਦੇ ਇੰਨੇ ਕੰਮ ਆ ਕਿ ਇਹ ਉੱਥੇ ਲਗਾਤਾਰ ਰਹਿ ਨਹੀਂ ਸੀ ਸਕਦੀਆਂ ਮੈਂ ਇਹਨਾਂ ਕੰਮਾਂ ਤੋਂ ਫ੍ਰੀ ਹਾਂ ਕਿਉਂਕਿ ਮੈਨੂੰ ਪਰਮਾਤਮਾ ਦੀ ਇੰਨੀ ਮਿਹਰ ਆ ਕਿ ਮੈਂ ਕਬੀਲਦਾਰੀ ਤੋਂ ਛੇਤੀ ਫ੍ਰੀ ਹੋ ਗਈ ਸੀ ਅਤੇ ਉਸ ਤੋਂ ਬਾਅਦ ਮੈਂ ਅਤੇ ਮੇਰੇ ਪਤੀ ਨੇ ਸੋਚਿਆ ਕਿ ਅਸੀਂ ਸਮਾਜਿਕ ਤੌਰ 'ਤੇ ਵੀ ਹੁਣ ਕੁਛ ਕਰਨਾ ਚਾਹੀਦਾ ਸਾਨੂੰ ਕਿਉਂਕਿ ਅਸੀਂ ਕਬੀਲਦਾਰੀ ਚੱਲਦੀ 'ਚ ਬਹੁਤ ਛੇਤੀ ਵਿਹਲੇ ਹੋ ਗਏ ਹਾਂ ਜਿਹੜੀ ਕਿ ਕਬੀਲਦਾਰੀ ਨਿਭਾਉਂਦੇ ਆ ਬੰਦਾ ਸ਼ਾਇਦ ਅਗਲੇ ਘਰ ਤੱਕ ਚਲਾ ਜਾਂਦਾ ਉਹਦੇ ਕੋਲ ਇੰਨੇ ਟਾਈਮ ਨਹੀਂ ਬਚਦਾ ਕਿ ਉਹ ਕੁਛ ਕਰ ਸਕੇ ਸਮਾਜ ਵਾਸਤੇ ਅਸੀਂ ਇਹ ਸੋਚਿਆ ਵੀ ਸਮਾਜ ਵਾਸਤੇ ਸਾਨੂੰ ਕੁਛ ਕਰਨਾ ਚਾਹੀਦਾ